ਕੁਛ ਵਿਅਕਤੀ ਜਿਹੜੇ ਆ 6 ਬੰਦੇ ਉੱਤੇ ਫਾਟਕ ਜਿਹੜਾ ਹੈ ਗੁਜਰਪੁਰਾ ਉੱਥੇ ਬੈਠੇ ਹੋਏ ਨੇ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀ ਯੋਜਨਾ ਬਣਾ ਰਹੇ। ਤੁਰੰਤ ਹੀ ਸਾਡੇ ਏ ਸੀ ਰਮੇਸ਼ ਕੁਮਾਰ ਨੇ ਸਮੇਤ ਮਿਊਂਸਪੈਲਿਟੀ ਉੱਥੇ ਰੇਡ ਕੀਤਾ ਅਤੇ ਉੱਥੋਂ ਤਿੰਨ ਇੱਥੇ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਜਿਹੜੇ ਅਕਸਰ ਹੀ ਜਿੱਥੇ ਉਜਾੜ ਹੁੰਦੀ ਸੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਇਹ ਜਿਹੜੇ ਕੋਈ ਰਾਹਗੀਰ ਜਿਹੜੇ ਉੱਥੋਂ ਗੁਜ਼ਰਦੇ ਸੀ ਉਹਨਾਂ ਨੂੰ ਕਾਬੂ ਕਰਕੇ ਦਾਤਰ ਦਿਖਾ ਕੇ ਜਾਂ ਘਟਾਉਣਾ ਪੈਟਰੋਲ ਦਿਖਾ ਕੇ ਉਹਨਾਂ ਨੂੰ ਕੋਲੋਂ ਇਹ ਲੁੱਟ ਖੋਹ ਕਰ ਲੈਂਦੇ। ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਗੈਂਗ ਬਣਾਈ ਗਈ ਸੀ ਤਾਂ ਗੈਂਗ ਜੋ ਕਿ ਹਨੇਰੇ ਦੇ ਵਿੱਚ ਜਾ ਕੇ ਦਾਤਰ ਦੀ ਨੌਕ ਤੇ ਲੁੱਟਾਂ ਕਰਦੀ ਪਈ ਸੀ ਤਾਂ ਬੀਤੀ ਦੇਰ ਰਾਤ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ। ਉਹਨਾਂ ਦੇ ਵੱਲੋਂ ਜਿਹੜੀ ਗੈਂਗ ਚੱਲਦੀ ਪਈ ਸੀ ਤਾਂ ਉਹਦੇ ਵਿੱਚ ਤਿੰਨ ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ, ਜਿਨ੍ਹਾਂ ਦੇ ਕੋਲੋਂ ਦਾਤਰ ਤਾਂ ਇੱਕ ਵੈਪਨ ਜਿਹੜਾ ਵਾ ਉਹ ਬਰਾਮਦ ਹੋਇਆ। ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਤਿੰਨ ਨੌਜਵਾਨਾਂ ਦੀ ਜਿਹੜੀ ਤਸਵੀਰ ਦਿਖਾ ਰਹੇ ਹਾਂ ਤਾਂ ਇਹਨਾਂ ਦੇ ਨਾਲ ਤਿੰਨ ਨੌਜਵਾਨ ਹੋਰ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਹਨੇਰੇ ਦਾ ਫੈਰਾ ਚੁੱਕ ਕੇ ਲਗਾਤਾਰ ਲੁੱਟਾਂ ਕੀਤੀਆਂ ਜਾ ਰਹੀਆਂ ਸੀ। ਤਾਂ ਦੇਰ ਰਾਤ ਸੀ ਡਿਵੀਜ਼ਨ ਦੀ ਪੁਲਿਸ ਨੂੰ ਜਦੋਂ ਇਤਲਾਹ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਰਾਤ ਹੀ ਇਹਨਾਂ ਤਿੰਨੇ ਨੌਜਵਾਨਾਂ ਨੂੰ ਰੰਗੇ ਹੱਥੀ ਫੜ ਲਿਆ ਜਾਂਦਾ, ਜਿਨ੍ਹਾਂ ਦੇ ਕੋਲੋਂ ਤੁਸੀਂ ਵੇਖ ਸਕਦੇ ਹੋ ਕਿ ਦੋ ਦਾਤਰ ਤਾਂ ਇੱਕ ਖਡੌਣਾ ਪਿਸਤੌਲ ਜਿਹੜਾ ਉਹ ਬਰਾਮਦ ਹੋਇਆ। ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਹਾਂ ਤਾਂ ਥਾਣਾ ਸੀ ਡਿਵੀਜ਼ਨ ਦੇ SHO ਰਕੇਸ਼ ਕੁਮਾਰ ਜੀ ਸਾਡੇ ਨਾਲ ਨੇ। ਤਾਂ ਸਰ ਕੀ ਕਹਿਣਾ ਚਾਹੁੰਦੇ ਹੋ, ਇਹ ਕਿਸ ਤਰ੍ਹਾਂ ਜਿਹੜੀਆਂ ਲੁੱਟਾਂ ਖੋਹਾਂ ਲਗਾਤਾਰ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਕਰਦੇ ਸੀ? ਬਾਜੀ ਬੀਤੀ ਰਾਤ ਕੱਲ੍ਹ ਸਾਡੇ ਏਸੀ ਰਮੇਸ਼ ਕੁਮਾਰ ਸਮੇਤ ਮਿਊਂਸਪੈਲਿਟੀ ਇਹ ਗੁਜਰਪੁਰਾ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀ ਤੇ ਅਕਸਰ ਹੀ ਸਾਡੀ ਉੱਥੇ ਸਰਚ ਚੱਲਦੀ ਰਹਿੰਦੀ ਹੈ ਗੁਜਰਪੁਰੇ। ਇਸੇ ਦੌਰਾਨ ਹੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੁਛ ਵਿਅਕਤੀ ਜਿਹੜੇ ਆ 6 ਬੰਦੇ ਉੱਤੇ ਫਾਟਕ ਜਿਹੜਾ ਹੈ ਗੁਜਰਪੁਰਾ ਉੱਥੇ ਬੈਠੇ ਹੋਏ ਨੇ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀ ਯੋਜਨਾ ਬਣਾ ਰਹੇ। ਇਹ ਪਹਿਲਾਂ ਵੀ ਵਾਰਦਾਤਾਂ ਇਹ ਕਰਦੇ ਰਹੇ ਨੇ ਤੇ ਤੁਰੰਤ ਹੀ ਸਾਡੇ ਏਸੀ ਰਮੇਸ਼ ਕੁਮਾਰ ਨੇ ਸਮੇਤ ਮਿਊਂਸਪੈਲਿਟੀ ਉੱਥੇ ਰੇਡ ਕੀਤਾ ਤੇ ਉੱਥੋਂ ਤਿੰਨ ਇੱਥੇ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਨੇ। ਸਰ ਜਿਸ ਤਰ੍ਹਾਂ ਪਤਾ ਲੱਗਾ ਕਿ ਇਹ 6 ਜਾਣੇ ਨੇ ਜਿਹੜੇ ਗੈਂਗ ਚਲਾ ਰਹੇ ਨੇ ਤਾਂ ਇਹਨਾਂ ਦੇ ਵਿੱਚ ਮਾਸਟਰ ਮਾਈਂਡ ਕੌਣ ਆ, ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਜਿਹੜੀ ਆ ਲੁੱਟ ਕੀਤੀ ਜਾਂਦੀ ਹੈ? ਬਿਲਕੁਲ ਜੀ, ਇਹ ਸਾਰੇ ਜੀ ਇਹ ਪਹਿਲਾਂ ਵੀ ਹੈਬਚੁਅਲ ਬੰਦੇ ਨੇ, ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ, 1-5 ਪਰਚੇ ਨੇ, 1-3 ਪਰਚੇ ਨੇ, ਬਾਕੀ ਅਸੀਂ ਹੋਰ ਵੀ ਇਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਹਾਂ ਤੇ ਫਿਰ ਪਤਾ ਲੱਗੇ ਕਿ ਇਹਨਾਂ ਤੇ ਕਾਫੀ ਪਰਚੇ ਪਹਿਲਾਂ ਵੀ ਕਰਦੇ ਹੋਏ। ਸਰ ਇਹਨਾਂ ਦੇ ਵੱਲੋਂ ਲੁੱਟਾਂ ਜਿਹੜੀਆਂ ਨੇ ਕਿੱਥੇ ਕਿੱਥੇ ਕੀਤੀਆਂ ਗਈਆਂ ਨੇ, ਕੀ ਕੁਝ ਇਹਨਾਂ ਦੇ ਕੋਲੋਂ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ? ਇਹ ਜਿਹੜੇ ਅਕਸਰ ਹੀ ਜਿੱਥੇ ਉਜਾੜ ਹੁੰਦੀ ਸੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਇਹ ਜਿਹੜੇ ਕੋਈ ਰਾਹਗੀਰ ਜਿਹੜੇ ਉੱਥੋਂ ਗੁਜ਼ਰਦੇ ਸੀ ਉਹਨਾਂ ਨੂੰ ਕਾਬੂ ਕਰਕੇ ਦਾਤਰ ਦਿਖਾ ਕੇ ਜਾਂ ਘਟਾਉਣਾ ਪੈਟਰੋਲ ਦਿਖਾ ਕੇ ਉਹਨਾਂ ਨੂੰ ਕੋਲੋਂ ਇਹ ਲੁੱਟ ਖੋਹ ਕਰ ਲੈਂਦੇ। ਤਾਂ ਕਿੰਨੀਆਂ ਕੁ ਲੁੱਟਾਂ ਇਹਨਾਂ ਦੇ ਵੱਲੋਂ ਹੁਣ ਤੱਕ ਮੰਨੀਆਂ ਗਈਆਂ ਨੇ? ਅਸੀਂ ਅੱਜ ਇਹਨਾਂ ਨੂੰ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਤੇ ਇਹਨਾਂ ਨੂੰ ਹੋਰ ਪੁੱਛਗਿੱਛ ਕਰਾਂਗੇ। ਪਿੱਛੇ ਜੇ ਇਹਨਾਂ ਨੇ ਇੱਕ ਈ ਰਿਕਸ਼ੇ ਨੂੰ ਜਿਹੜਾ ਆ ਉਹਨਾਂ ਕੋਲੋਂ ਲੁੱਟਿਆ ਸੀ, ਦਾਤਰ ਵਿਖਾ ਕੇ ਖੋਇਆ ਸੀ। ਸਰ ਜਿਹੜਾ ਈ ਰਿਸ਼ਕੇ ਦੀ ਗੱਲ ਕੀਤੀ ਗਈ ਆ ਤਾਂ ਉਹਦੇ ਵੱਲੋਂ ਈ ਰਿਸ਼ਕਾ ਵੀ ਜਿਹੜਾ ਖੋਇਆ ਜਾਂਦਾ ਤਾਂ ਹੋਰ ਕੀ ਕੁਝ ਖੋਇਆ ਜਾਂਦਾ ਉਹਨਾਂ ਦੇ ਕੋਲੋਂ? ਉਹਨਾਂ ਕੋਲ ਕੁਝ ਪੈਸੇ, ਮੋਬਾਈਲ, ਈ ਰਿਕਸ਼ਾ ਉਹਨਾਂ ਕੋਲ ਖੋ ਲਿਆ ਜਾਂਦਾ ਇਹਨਾਂ ਨੂੰ ਕੋਈ ਦਾਤਰ ਦਿਖਾ ਕੇ। ਸਰ ਇਹਨਾਂ ਦੇ ਵੱਲੋਂ ਲੁੱਟਾਂ ਕੀਤੀਆਂ ਕਿਉਂ ਜਾ ਰਹੀਆਂ ਨੇ ਲਗਾਤਾਰ ਇਸ ਤਰ੍ਹਾਂ? ਬਾਜੀ ਇਹ ਇੱਕ ਨਸ਼ੇ ਦੇ ਸਾਰੇ ਆਦੀ ਨੇ ਤੇ ਵਿਹਲੇ ਨੇ, ਕੋਈ ਕੰਮ ਕਾਜ ਨਹੀਂ ਕਰਦੇ, ਬਸ ਇਹਨਾਂ ਦਾ ਕੰਮ ਇਹੀ ਹੈ ਵੀ ਰਾਤ ਨੂੰ ਮੌਕਾ ਵੇਖ ਕੇ ਤੇ ਰਾਹ ਜਾਂਦਿਆਂ ਕੋਲੋਂ ਇਹਨਾਂ ਨੇ ਲੁੱਟ ਖੋਹ ਕਰਨੀ। ਜਿਸ ਤਰ੍ਹਾਂ ਇਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜੇ ਇਹਨਾਂ ਦੇ ਹੋਰ ਸਾਥੀ ਨੇ ਉਹਨਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ ਹੈ ਇਹਨਾਂ ਦੇ ਕੋਲੋਂ ਕਿ ਉਹਨਾਂ ਦੇ ਵੱਲੋਂ ਕਿੰਨੀਆਂ ਲੁੱਟਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ? ਬਿਲਕੁਲ ਜੀ, ਉਹ ਪੁੱਛਗਿੱਛ ਕੀਤੀ ਗਈ ਹੈ ਇਹਨਾਂ ਕੋਲ, ਉਹਨਾਂ ਦਾ ਪਤਾ ਸਾਨੂੰ ਲੱਗਿਆ ਸਾਰਿਆਂ ਦਾ, ਅਸੀਂ ਉਹਨਾਂ ਦੇ ਵੀ ਛਾਪੇਮਾਰੀ ਕਰ ਰਹੇ ਹਾਂ, ਰੇਡ ਕੀਤੇ ਜਾ ਰਹੇ ਹਾਂ ਤੇ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ।
ਤੁਸੀਂ ਵੇਖਿਆ ਕਿ ਅਸੀਂ ਸੀ ਡਿਵੀਜ਼ਨ ਦੇ SHO ਰਕੇਸ਼ ਕੁਮਾਰ ਜੀ ਨਾਲ ਗੱਲਬਾਤ ਕੀਤੀ ਆ। ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ ਕਿ ਜਿਹੜੇ 6 ਮੈਂਬਰ ਨੇ ਜਿਹੜੀ ਆਪਣੀ ਗੈਂਗ ਚਲਾ ਰਹੇ ਸੀ ਹਨੇਰੇ ਦਾ ਫੇਰਾ ਚੁੱਕ ਕੇ, ਇਹਨਾਂ ਦੇ ਵੱਲੋਂ ਜਿਹੜੀ ਖਾਲੀ ਜਗ੍ਹਾ ਹੁੰਦੀ ਸੀ ਤਾਂ ਉੱਥੇ ਜਾ ਕੇ ਲਗਾਤਾਰ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਸੀ ਤਾਂ, ਪਰ ਬੀਤੀ ਦੇਰ ਰਾਤ ਇਹ ਤਿੰਨੇ ਨੌਜਵਾਨ ਜਿਹੜੇ ਨੇ ਪੁਲਿਸ ਦੇ ਹੱਥੇ ਚੜ ਜਾਂਦੇ ਨੇ, ਜਿਨ੍ਹਾਂ ਦੇ ਕੋਲੋਂ ਖਡੌਣਾ ਪਿਸਤੌਲ ਤੇ 2 ਜਿਹੜੇ ਦਾਤਰ ਨੇ ਉਹ ਬਰਾਮਦ ਹੋ ਚੁੱਕੇ ਨੇ। ਤਾਂ ਫਿਲਹਾਲ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹਨਾਂ ਦੇ 3 ਹੋਰ ਸਾਥੀ ਨੇ ਜਿਹੜੇ ਹਜੇ ਵੀ ਲੁੱਟਾਂ ਖੋਹਾਂ ਕਰ ਰਹੇ ਨੇ, ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਏਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ। ਜਗਬਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।